ਦੋਸਤੋ ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਮੁਹੰਮਦ। ਦੋਸਤੋ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ, ਨਾਲ ਲੱਗੇ ਬੈਲ ਦੇ ਬਟਨ ਨੂੰ ਕਰ ਲੈਣਾ ਕਲਿੱਕ ਤਾਂ ਕਿ ਸਾਡੀ ਅੱਛੀ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਵੀਰਾਂ ਤੱਕ ਪਹੁੰਚੇ ਸਭ ਤੋਂ ਪਹਿਲੇ। ਤੇ ਅੱਜ ਜਨਾਬ ਇੱਕ ਦੂਜੇ ਮਾਝ ਦੀ ਵੀਡੀਓ ਲੈ ਕੇ ਆਇਆ। ਮਾਝ ਜਨਾਬ ਮੇਰਾ ਕੈਮਰਾਮੈਨ ਚਾਰ ਚੇਰੇ ਇਨਸ਼ਾਅੱਲਾ ਤਸੱਲੀ ਕਰਾਵੇਗਾ, ਬਾਕੀ ਲੈਣੇ ਦੇਣੇ ਮੁਕੱਦਰ ਸੌਦਾ ਨਾਲ ਨਸੀਬ ਦੇ। ਮਾਝ ਮਾਸ਼ਾਅੱਲਾ ਕੱਦ ਚੰਗਾ, ਲਾਮ ਚੰਗੀ, ਪੂਰੀ ਬਰੀਕ ਮਾਸ਼ਾਅੱਲਾ, ਜਿਵੇਂ ਜਨਾਬ ਟਿਸ਼ੂ ਪੇਪਰ ਹੁੰਦਾ। ਸੋਹਣਾ ਥਣ ਮਾਸ਼ਾਅੱਲਾ, ਥੱਬੇ ਦਾ ਵਾਨਾ, ਇੱਕੋ ਜਿਹਾ ਪੈਰ ਮਾਸ਼ਾਅੱਲਾ, ਜਿਵੇਂ ਘੋੜੇ ਦੇ ਸੁੰਭ ਹੁੰਦੇ ਨੇ। ਨੀਲੀ ਦੇ ਦੋ ਬਟਨ ਲੱਗੇ ਨੇ। ਮੇਰਾ ਕੈਮਰਾਮੈਨ ਤਸੱਲੀ ਕਰਵਾਵੇਗਾ, ਬਾਕੀ ਜਨਾਬ ਇਹਦਾ ਜੋ ਹਿਸਾਬ ਕਿਤਾਬ ਹੈ ਉਹ ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਸਾਂਝੇ ਲੈ ਕੇ ਦੇਵਾਂਗੇ ਅੱਲਾਹ ਦੇ ਫਜ਼ਲੋ ਕਰਮ ਨਾਲ। ਨੀਲੀ ਦੇ ਜਾਨਵਰ ਹਮੇਸ਼ਾ ਸਫ਼ਰ ਕਰਕੇ ਆਪਣੇ ਵੀਰਾਂ ਨੂੰ ਇਨਸ਼ਾਅੱਲਾ ਵਿਖਾਏ ਜਾਂਦੇ ਨੇ, ਤਾਂ ਕਿ ਮੇਰੇ ਵੀਰ ਭਰਾ ਵੇਖਣ ਤੇ ਜਾਨਵਰ ਖਰੀਦਣ। ਸੋਹਣਾ ਥਣ ਮਾਸ਼ਾਅੱਲਾ, ਪੂਰੀ ਗਿੱਠ ਗਿੱਠ ਤੇ ਵਿਰਲ, ਪੂਰੀ ਬਰੀਕ ਮਾਸ਼ਾਅੱਲਾ, ਜਿਵੇਂ ਜਨਾਬ ਰੇਸ਼ਮ ਦਾ ਕੱਪੜਾ ਮਾਸ਼ਾਅੱਲਾ। ਬਾਕੀ ਜਨਾਬ ਇਹ ਗੱਭਣ ਖੜੀ ਹੈ, ਕਿੰਨੇ ਦਿਨ ਲੈਂਦੀ ਹੈ, ਕਿੰਨਾ ਮਾਲਕ ਜਨਾਬ ਪਿਆਰ ਮੁਹੱਬਤ ਵਾਲਾ ਮੁੱਲ ਕਰਦਾ, ਇਹ ਗੱਲਾਂ ਸਾਰੀਆਂ ਜਨਾਬ ਮਾਲਕ ਤੋਂ ਸਾਂਝੇ ਲੈ ਕੇ ਦੇਵਾਂਗੇ। ਮਾਸ਼ਾਅੱਲਾ ਤੁੰਨੀ ਤੋਂ ਲੈ ਕੇ ਤੇ ਸਾਰ ਤੀਕ ਰਵਾਨਾ, ਤੁੰਨੀ ਕੋੜੀ ਦਾ ਨਿਸ਼ਾਨ ਕੋਣੀ, ਕੈਮਰਾਮੈਨ ਸਾਹਿਬ ਮੇਰਾ ਇਨਸ਼ਾਅੱਲਾ ਤਸੱਲੀ ਕਰਵਾ ਰਿਹਾ, ਬਾਕੀ ਜਨਾਬ ਲੈਣੇ ਦੇਣੇ ਮੁਕੱਦਰ ਸੌਦਾ ਨਾਲ ਨਸੀਬ ਦੇ। ਕੰਨੀ ਮਾਸ਼ਾਅੱਲਾ ਜਿਵੇਂ ਕੂੰਜ ਹੁੰਦੀ, ਨਿੱਕੀ ਨਿੱਕੀ ਸਿੰਗੀ, ਸਫੈਦ ਚਿੱਟੀ ਅੱਖ ਮਾਸ਼ਾਅੱਲਾ, ਬਰੀਕ ਬੂਥੀ, ਅੱਲਾ ਦੇ ਫਜ਼ਲੋ ਕਰਮ ਨਾਲ ਚਾਰੇ ਖੋਰ ਇੱਕੋ ਜਿਹਾ, ਜਿਵੇਂ ਜਨਾਬ ਘੋੜਿਆਂ ਦੇ ਸੁੰਭ ਹੁੰਦੇ ਨੇ, ਗਿੱਠ ਗਿੱਠ ਪਸ਼ਮ। ਬਾਕੀ ਜਨਾਬ ਮਾਲਕ ਤੋਂ ਸਾਂਝੀਆਂ ਗੱਲਾਂ ਸਾਰੀਆਂ ਲੈ ਕੇ ਦੇਵਾਂਗੇ। ਭਾਈ ਅਕਰਮ ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਭਾਈ ਅਕਰਮ ਸਾਹਿਬ ਤੋਂ ਪਹਿਲੇ ਇਹ ਦੱਸਣਾ ਕਿ ਆਪਣੀ ਇਹ ਛੋਟੀ ਕਿੰਨਵਾਂ ਸੁਆਸ ਹੋਵੇਗੀ? ਦੂਸਰਾ ਸੁਆਸ ਹੋਵੇਗੀ ਜੀ। ਦੂਸਰਾ ਸੁਆਸ ਹੋਵੇਗੀ? ਹਾਂਜੀ। ਤੇ ਕਿੰਨੇ ਕੁ ਦਿਨ ਲੈਂਦੀ ਹੈ ਇਹ? ਕੱਢਦੀ 5 ਤੋਂ 6 ਦਿਨ ਜੀ। 5 ਤੋਂ 6 ਦਿਨ ਕੱਢਦੀ ਹੈ? ਹਾਂਜੀ। ਛੋਟੀ ਆਪਣੀ ਮਾਸ਼ਾਅੱਲਾ ਪੂਰੀ ਬਰੀਕ ਹੈ? ਪੂਰੀ ਬਰੀਕ ਝੋਟੀ ਹੈ, ਅਸਲ ਨੀਲੀ ਦੀ ਹੈ ਜੀ। ਅਸਲ ਨੀਲੀ ਦੀ। ਤੁੰਨੀ ਕੋੜੀ ਦਾ ਨਿਸ਼ਾਨ ਕੋਣੀ, ਸੋਹਣਾ ਥਾਣ ਹੈ, ਚਾਰੇ ਖੋਰ ਇੱਕੋ ਜਿਹਾ, ਇੱਕ ਹੱਡੀ ਅੱਲਾ ਦੇ ਫਜ਼ਲ ਨਾਲ। ਅੱਛਾ ਭਾਈ ਅਕਰਮ ਹੈ, ਗੱਭਣ ਖੜੀ ਹੈ, ਇਹਦੇ ਥਣਾਂ ਵਿੱਚ ਕੋਈ ਕਾਟਾ ਵਾਟਾ? ਪੂਰੀ ਆਪਾਂ ਥਣ ਚੱਡੇ ਦੀ ਪੂਰੀ ਗਾਰੰਟੀ ਦੇਵਾਂਗੇ ਯਾਰ ਆਪਾਂ। ਥਣ ਚੱਡੇ ਦੀ ਪੂਰੀ ਗਾਰੰਟੀ? ਹਾਂਜੀ। ਅੱਛਾ ਇਹ ਪਹਿਲਾਂ ਸੇ ਆਪਣੀ ਕਰਦੀ ਹੈ? ਘਰ ਦੀ ਛੋਟੀ ਹੈ ਜੀ। ਇਹ ਪਹਿਲਾਂ ਹੋ ਕੇ ਕਿੰਨਾ ਦੁੱਧ ਕਰਦੀ ਰਹੀ? ਪਹਿਲੇ ਸੇ 1200 ਦੁੱਧ ਦਿੰਦੀ ਰਹੀ, ਇੱਕ ਥਣ ਅਗਲਾ ਪਿਆ ਕੇ 12 ਕਿਲੋ 2 ਟਾਈਮ ਦੁੱਧ ਕਰਦੀ ਰਹੀ। ਤਿੰਨਾਂ ਥਣਾਂ ਦਾ? ਤਿੰਨਾਂ ਥਣਾਂ ਦੇਖ, ਅਗਲਾ ਥਣ ਪਿਆ ਕੇ। ਤੇ ਹੁਣ ਦੂਜਾ ਸੁਆ ਭਾਈ ਅਕਰਮ ਸੂਏ ਦੀ ਆਪਣੀ ਕਰਦੀ ਹੈ, ਠੀਕ ਹੈ? ਹਾਂਜੀ। ਤੇ 15-16 ਕਿਲੋ ਕਰੇਗੀ ਇਨਸ਼ਾਅੱਲਾ? ਹੁਕਮ ਆਲਾ 15-16 ਕਿਲੋ ਇਸ ਸੂਏ ਦੁੱਧ ਕਰੇਗੀ। ਕਰਨਾ ਵੀ ਚਾਹੀਦਾ ਕਿਉਂਕਿ ਨਸਲਦਾਰ ਤੇ ਛੋਟੀ ਗੱਲ ਅਸਲ ਬਰੀਕ ਹੈ। ਅੱਛਾ ਗੱਲ ਮੁਕਾਈਏ, ਛੱਟੇ ਫੁਆਰ ਦੇ ਆਪਣੀ ਗਾਰੰਟੀ? ਪੂਰੀ ਗਾਰੰਟੀ ਹੈ ਯਾਰ, ਬੰਦਾ ਸੂ ਪਵੇ, ਬਿਆਨਾ ਕਰਾ, 2 ਟਾਈਮ ਚੋਕ ਲੈ ਜਾਵੇ। ਅੱਛਾ ਇਹ ਵੀ ਆਪਸ਼ਨ ਹੈ? ਹਾਂਜੀ। ਕੋਈ ਬੰਦਾ ਬਿਆਨਾ ਕਰਾ ਦੇ ਸੂਈ ਤੋਂ ਲੈ ਜਾਵੇ? ਹਾਂਜੀ, ਆਪਣੀ ਵੱਜ ਵਜਾ ਕੇ। ਹਾਂਜੀ। ਅੱਛਾ ਭਾਈ ਅਕਰਮ, ਗੱਲ ਇਸ ਤਰ੍ਹਾਂ ਦੀ ਹੋਣਾ ਵੀ ਆਪਾਂ ਇਹਨੂੰ ਨਾ ਮੁਕਾਈਏ ਕੰਮ ਨੂੰ। ਹਾਂਜੀ। ਇਹਦੇ ਪਿਆਰ ਮੁਹੱਬਤ ਵਾਲੇ ਪੈਸੇ ਜਿਹੜੇ ਆਪਾਂ ਲੈਣੇ ਨੇ ਨਾ, ਉਹੀ ਗੱਲ ਕਰਨੀ ਆ ਆਈ ਸਮਝ, ਵੱਧ ਪੈਸੇ ਨਹੀਂ ਮੰਗਣੇ ਨਾ ਹੀ ਆਪਾਂ ਨੂੰ ਕਿਸੇ ਨੇ ਦੇ ਦੇਣੇ ਨੇ। ਹਾਂਜੀ ਠੀਕ ਹੈ। ਇੱਕੋ ਹੀ ਗੱਲ ਕਰਦੇ, ਨਿੱਕੀ ਜੀ ਸੁਣਾ ਦੇ ਗੱਲ ਵੀ ਆਈ ਸਾਹਿਬ, ਇੰਨੀ ਦੀ ਮੱਝ ਵੇਚ ਦਿਓ? 3,10,000 ਰੁਪਏ। 3,10,000 ਦੀ? ਹਾਂਜੀ। ਤੇ ਕੋਈ ਭਰਾ ਮੌਕੇ ਧਿਆਨ ਦਾ ਇਹਦੇ ਵਿੱਚ ਕੋਈ ਮਾੜਾ ਮੋਟਾ ਪਿਆਰ ਮੁਹੱਬਤ? ਪੂਰੇ 3,00,000 ਦੀ ਝੋਟੀ ਆਪਾਂ ਦੇ ਦਿਆਂਗੇ। ਪੱਕੀ ਗੱਲ? ਪੱਕੀ ਗੱਲ। ਠੀਕ ਹੋ ਗਿਆ। ਲਓ ਜਨਾਬ ਸੋਹਣੀਆਂ ਗੱਲਾਂ ਭਾਈ ਅਕਰਮ ਨੇ ਕੀਤੀਆਂ ਨੇ, ਘਰ ਦੀ ਝੋਟੀ ਹੈ। ਬਾਕੀ ਵੀਡੀਓ ਪਸੰਦ ਆਵੇ ਤੇ ਚੈਨਲ ਨੂੰ ਸ਼ੇਅਰ ਕਰਨਾ, ਲਾਈਕ ਕਰਨਾ। ਝੋਟੀ ਕੋਈ ਇਨਸ਼ਾਅੱਲਾ ਸ਼ੱਕ ਨਹੀਂ, ਕੋਈ ਕਮੀ ਪੇਸ਼ੀ ਨਹੀਂ। ਸੋਹਣਾ ਥਣ, ਥੱਬੇ ਦਾ ਵਾਨਾ, 3 ਲੱਖ ਦੇ ਵਿੱਚ ਪਿਆਰ ਮੁਹੱਬਤ। ਦੂਜਾ ਸੁਆ ਸੂਏ ਦੀ ਕੋਈ ਵੀਰ ਇਨਸ਼ਾਅੱਲਾ ਬਿਆਨਾ ਕਰਾਵੇ ਤੇ ਇਨਸ਼ਾਅੱਲਾ ਸੂਈ ਤੋਂ ਵੀ ਲਿਜਾ ਸਕਦਾ। ਬਾਕੀ ਜਨਾਬ ਮੇਰੇ ਵੀਰਾਂ ਦੀ ਮਰਜ਼ੀ ਹੁੰਦੀ ਹੈ, ਲੈਣੇ ਦੇਣੇ ਮੁਕੱਦਰ। ਚਾਰ ਸ਼ੇਰਾਂ ਇਨਸ਼ਾਅੱਲਾ ਤਸੱਲੀ ਨਾਲ ਵਿਖਾ ਦਿੱਤੀ ਹੈ, ਪੂਰੀ ਨਸਲ ਜਾਤ ਮੇਰੇ ਵੀਰਾਂ ਤੇ। ਵੀਡੀਓ ਪਸੰਦ ਆਵੇ ਤੇ ਚੈਨਲ ਨੂੰ ਸ਼ੇਅਰ ਕਰਨਾ, ਲਾਈਕ ਕਰਨਾ। ਨੰਬਰ ਆਪਣਾ ਜਨਾਬ ਹਮੇਸ਼ਾ ਦੀ ਤਰ੍ਹਾਂ ਸਕਰੀਨ ਤੇ ਵੀ ਚੱਲਦਾ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ, 0348-06-8488। ਮਿਲਾਂਗੇ ਜਨਾਬ ਅਗਲੀ ਵੀਡੀਓ ਦੇ ਨਾਲ। ਅੱਲਾ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ।